ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਦੇਹਾਂਤ। ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। ਪੰਜਾਬੀ ਇੰਡਸਟਰੀ ਨੂੰ ਦਿੱਤੇ ਸੀ ਕਈ ਹਿੱਟ ਗੀਤ। ਮਨੋਰੰਜਨ ਜਗਤ 'ਚ ਫੈਲ ਗਈ ਸੋਗ ਦੀ ਲਹਿਰ। ਖੁਫੀਆ ਰਿਪੋਰਟ ਆਈ ਲੰਡਨੋਂ ਸਭ ਤੋਂ ਚਰਚਿਤ ਗੀਤ ਸੀ। ਦੱਸਦੇ ਕਿ ਇਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਢੱਟ ਹੈ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸੀ ਅਤੇ ਅੱਜ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਦੇ ਕਿ ਇਹਨਾਂ ਵੱਲੋਂ ਗਾਏ ਗਏ ਹਿੱਟ ਗੀਤ ਮੈਨੂੰ ਪੀਣ ਦਿਓ, ਖੁਫੀਆ ਰਿਪੋਰਟ ਆਈ ਲੰਡਨੋਂ, ਸਾਡੇ ਨਾਲੋਂ ਬੋਲਣੋ, ਗਮ ਤੇਰੇ ਵੈਰ ਨੇ, ਚਰਖਾ ਗਮਾਂ ਦਾ, ਰੁੱਤ ਪਿਆਰ ਦੀ, ਸੀਟੀ ਸੱਜਣਾ ਦੀ, ਤੇਰੇ ਜਿਹੇ ਸੱਜਣਾ ਨੂੰ ਆਪਣੀ ਆਵਾਜ਼ ਦਿੱਤੀ ਸੀ, ਜਿਸ ਨਾਲ ਇਹ ਪੰਜਾਬੀਆਂ ਦੇ ਦਿਲਾਂ 'ਤੇ ਛਾ ਗਏ ਸੀ ਅਤੇ ਉਹਨਾਂ ਦੀ 52 ਸਾਲ ਦੀ ਉਮਰ ਸੀ ਅਤੇ ਉਹਨਾਂ ਦੀਆਂ 3 ਧੀਆਂ ਸੀ ਅਤੇ ਵਿਦੇਸ਼ੋਂ ਉਹਨਾਂ ਦੀਆਂ ਭੈਣਾਂ ਦੇ ਆਉਣ ਤੋਂ ਬਾਅਦ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਦੱਸ ਦਈਏ ਕਿ ਬੜੀ ਦੁਖਦ ਖਬਰ ਸਾਹਮਣੇ ਆਈ ਹੈ, ਮਸ਼ਹੂਰ ਪੰਜਾਬੀ ਸਿੰਗਰ ਗੁਰਪ੍ਰੀਤ ਸਿੰਘ ਢੱਟ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਹਨਾਂ ਨੇ ਕਈ ਪੰਜਾਬੀ ਹਿੱਟ ਗੀਤ ਗਾਏ ਸੀ ਪਰ ਅੱਜ ਉਹ 52 ਸਾਲ ਦੀ ਉਮਰ ਦੇ ਵਿੱਚ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ। ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਦੇਹਾਂਤ। ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। ਪੰਜਾਬੀ ਇੰਡਸਟਰੀ ਨੂੰ ਦਿੱਤੇ ਸੀ ਕਈ ਹਿੱਟ ਗੀਤ। ਮਨੋਰੰਜਨ ਜਗਤ 'ਚ ਫੈਲ ਗਈ ਸੋਗ ਦੀ ਲਹਿਰ। ਖੁਫੀਆ ਰਿਪੋਰਟ ਆਈ ਲੰਡਨੋਂ ਸਭ ਤੋਂ ਚਰਚਿਤ ਗੀਤ ਸੀ। ਦੱਸਦੇ ਕਿ ਇਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਢੱਟ ਹੈ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸੀ ਅਤੇ ਅੱਜ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਦੇ ਕਿ ਇਹਨਾਂ ਵੱਲੋਂ ਗਾਏ ਗਏ ਹਿੱਟ ਗੀਤ ਮੈਨੂੰ ਪੀਣ ਦਿਓ, ਖੁਫੀਆ ਰਿਪੋਰਟ ਆਈ ਲੰਡਨੋਂ, ਸਾਡੇ ਨਾਲੋਂ ਬੋਲਣੋ, ਗਮ ਤੇਰੇ ਵੈਰ ਨੇ, ਚਰਖਾ ਗਮਾਂ ਦਾ, ਰੁੱਤ ਪਿਆਰ ਦੀ, ਸੀਟੀ ਸੱਜਣਾ ਦੀ, ਤੇਰੇ ਜਿਹੇ ਸੱਜਣਾ ਨੂੰ ਆਪਣੀ ਆਵਾਜ਼ ਦਿੱਤੀ ਸੀ, ਜਿਸ ਨਾਲ ਇਹ ਪੰਜਾਬੀਆਂ ਦੇ ਦਿਲਾਂ 'ਤੇ ਛਾ ਗਏ ਸੀ ਅਤੇ ਉਹਨਾਂ ਦੀ 52 ਸਾਲ ਦੀ ਉਮਰ ਸੀ ਅਤੇ ਉਹਨਾਂ ਦੀਆਂ 3 ਧੀਆਂ ਸੀ ਅਤੇ ਵਿਦੇਸ਼ੋਂ ਉਹਨਾਂ ਦੀਆਂ ਭੈਣਾਂ ਦੇ ਆਉਣ ਤੋਂ ਬਾਅਦ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਦੱਸ ਦਈਏ ਕਿ ਬੜੀ ਦੁਖਦ ਖਬਰ ਸਾਹਮਣੇ ਆਈ ਹੈ, ਮਸ਼ਹੂਰ ਪੰਜਾਬੀ ਸਿੰਗਰ ਗੁਰਪ੍ਰੀਤ ਸਿੰਘ ਢੱਟ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਹਨਾਂ ਨੇ ਕਈ ਪੰਜਾਬੀ ਹਿੱਟ ਗੀਤ ਗਾਏ ਸੀ ਪਰ ਅੱਜ ਉਹ 52 ਸਾਲ ਦੀ ਉਮਰ ਦੇ ਵਿੱਚ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ। ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਦੇਹਾਂਤ। ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। ਪੰਜਾਬੀ ਇੰਡਸਟਰੀ ਨੂੰ ਦਿੱਤੇ ਸੀ ਕਈ ਹਿੱਟ ਗੀਤ। ਮਨੋਰੰਜਨ ਜਗਤ 'ਚ ਫੈਲ ਗਈ ਸੋਗ ਦੀ ਲਹਿਰ। ਖੁਫੀਆ ਰਿਪੋਰਟ ਆਈ ਲੰਡਨੋਂ ਸਭ ਤੋਂ ਚਰਚਿਤ ਗੀਤ ਸੀ। ਦੱਸਦੇ ਕਿ ਇਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਢੱਟ ਹੈ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸੀ ਅਤੇ ਅੱਜ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਦੇ ਕਿ ਇਹਨਾਂ ਵੱਲੋਂ ਗਾਏ ਗਏ ਹਿੱਟ ਗੀਤ ਮੈਨੂੰ ਪੀਣ ਦਿਓ, ਖੁਫੀਆ ਰਿਪੋਰਟ ਆਈ ਲੰਡਨੋਂ, ਸਾਡੇ ਨਾਲੋਂ ਬੋਲਣੋ, ਗਮ ਤੇਰੇ ਵੈਰ ਨੇ, ਚਰਖਾ ਗਮਾਂ ਦਾ, ਰੁੱਤ ਪਿਆਰ ਦੀ, ਸੀਟੀ ਸੱਜਣਾ ਦੀ, ਤੇਰੇ ਜਿਹੇ ਸੱਜਣਾ ਨੂੰ ਆਪਣੀ ਆਵਾਜ਼ ਦਿੱਤੀ ਸੀ, ਜਿਸ ਨਾਲ ਇਹ ਪੰਜਾਬੀਆਂ ਦੇ ਦਿਲਾਂ 'ਤੇ ਛਾ ਗਏ ਸੀ ਅਤੇ ਉਹਨਾਂ ਦੀ 52 ਸਾਲ ਦੀ ਉਮਰ ਸੀ ਅਤੇ ਉਹਨਾਂ ਦੀਆਂ 3 ਧੀਆਂ ਸੀ ਅਤੇ ਵਿਦੇਸ਼ੋਂ ਉਹਨਾਂ ਦੀਆਂ ਭੈਣਾਂ ਦੇ ਆਉਣ ਤੋਂ ਬਾਅਦ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਦੱਸ ਦਈਏ ਕਿ ਬੜੀ ਦੁਖਦ ਖਬਰ ਸਾਹਮਣੇ ਆਈ ਹੈ, ਮਸ਼ਹੂਰ ਪੰਜਾਬੀ ਸਿੰਗਰ ਗੁਰਪ੍ਰੀਤ ਸਿੰਘ ਢੱਟ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਹਨਾਂ ਨੇ ਕਈ ਪੰਜਾਬੀ ਹਿੱਟ ਗੀਤ ਗਾਏ ਸੀ
ਪਰ ਅੱਜ ਉਹ 52 ਸਾਲ ਦੀ ਉਮਰ ਦੇ ਵਿੱਚ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ।